ਜਲੰਧਰ ਦੇ ਵਾਤਾਵਰਣ ਪ੍ਰੇਮੀ ਰਾਕੇਸ਼ ਮਿਨੋਚਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਨਤਕ ਥਾਵਾਂ ਤੇ ਖਾਣ ਪੀਣ ਤੋਂ ਪਰਹੇਜ਼ ਕੀਤਾ ਜਾਵੇ, ਪਲਾਸਟਿਕ ਤੇ ਕੱਪ ਦੀ ਥਾਂ ਕੁੱਲੜ ਜਾਂ ਫਿਰ ਪੱਤਲ ਦਾ ਇਸਤੇਮਾਲ ਕੀਤਾ ਜਾਵੇ। ਉਹਨਾਂ ਦਾ ਦਾਅਵਾ ਹੈ ਕਿ ਕੁਦਰਤ ਦੇ ਕਰੀਬ ਰਹਾਂਗੇ ਤਾਂ ਇਸ ਵਾਇਰਸ ਦੇ ਖਤਰੇ ਤੋਂ ਇਨਸਾਨ ਦੂਰ ਰਹਿਣਗੇ। ਜਲੰਧਰ ਦੇ ਵਾਤਾਵਰਣ ਪ੍ਰੇਮੀ ਰਾਕੇਸ਼ ਮਿਨੋਚਾ ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਦੇ ਵਿਚਾਲੇ ਵਾਤਾਵਰਣ ਨਾਲ ਨਜ਼ਦੀਕੀਆਂ ਵਧਾਉਣ ਦੀ ਸਲਾਹ ਦੇ ਰਹੇ ਨੇ। ਇਸ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੁੱਲੜ ਚ ਚਾਹ ਪੱਤਲ ਚ ਖਾਣਾ ਨਾ ਤੋਂ ਇੱਕ ਕੈਂਪੇਨ ਚਲਾਇਆ ਹੈ। ਉਹਨਾਂ ਨੇ ਲੋਕਾਂ ਤੋਂ ਸਿੰਗਲ ਯੂਜ ਪਲਾਸਟਿਕ ਨਾਲ ਤੌਬਾ ਕਰਨ ਦੀ ਅਪੀਲ ਕੀਤੀ ਹੈ। ਵਾਤਾਵਰਣ ਪ੍ਰੇਮੀ ਨੇ ਵਿਆਹਾਂ ਅਤੇ ਜਨਤਕ ਪ੍ਰੋਗਰਾਮਾਂ ਚ ਵੀ ਕੁੱਲੜ ਅਤੇ ਪੱਤਲ ਨੂੰ ਇਸਤੇਮਾਲ ਚ ਲਿਆਉਣ ਦਾ ਸੁਝਾਅ ਦਿੱਤਾ ਹੈ, ਜੋ ਵਾਤਾਵਰਣ ਦੀ ਚੀਜ਼ਾਂ ਨਾਲ ਬਣੇ ਹੁੰਦੇ ਨੇ ਜਿਨ੍ਹਾਂ ਚ ਕਿਸੇ ਵੀ ਤਰੀਕੇ ਦੀ ਮਿਲਾਵਟ ਨਹੀਂ ਹੋ ਸਕਦੀ। ਫੇਸਬੁੱਕ ਤੇ ਮੁਹਿੰਮ ਸ਼ੁਰੂ ਕੀਤੀ, ਆਪਣਾ ਪੇਜ ਸ਼ੁਰੂ ਕੀਤਾ ਜਿਹਦਾ ਨਾਮ ਹੈ ਕੁੱਲੜ ਮੇ ਚਾਏ ਪੱਤਲ ਪੇ ਖਾਣਾ। ਅਸੀਂ ਉਹ ਪੱਤਲ ਨੂੰ ਕ੍ਰੀਏਟ ਕਰਕੇ ਉਹ ਪੱਤਲ ਦੇ ਵਿੱਚ ਖਾਣਾ ਅਗਰ ਪਰੋਸੀਏ ਤਾਂ ਉਹ ਵੈਸੇ ਵੀ ਕੈਮੀਕਲ ਫ੍ਰੀ ਹੁੰਦਾ ਹੈ, ਔਰ ਅਗਰ ਅਸੀਂ ਕੁੱਲੜ ਨੂੰ ਲੈ ਕੇ ਚੱਲੀਏ ਉਹ ਵੀ ਮਿੱਟੀ ਦਾ ਬਣਦਾ ਹੈ। ਅਸੀਂ ਉਪਰੇਲੀ ਜਿਹੜੀ ਉੱਪਰ ਵਾਲੀ ਮਿੱਟੀ ਹੁੰਦੀ ਹੈ ਉਹਦੀ ਸਾਫ ਮਿੱਟੀ ਦਾ ਬਣਾਉਂਦੇ, ਉਹਦੇ 'ਚ ਕੋਈ ਵੀ ਕਿਸੇ ਤਰ੍ਹਾਂ ਦੇ ਕੈਮੀਕਲਸ ਕੁਛ ਨਹੀਂ ਹੁੰਦੇਗੇ। ਬੈਂਕ ਆਫ ਬੜੌਦਾ 'ਚ ਸੇਵਾ ਨਿਭਾ ਰਹੇ ਰਾਕੇਸ਼ ਮਿਨੋਚਾ ਦੱਸ ਰਹੇ ਨੇ ਕਿ ਕੁਦਰਤ ਨਾਲ ਛੇੜਛਾੜ ਦੇ ਕਾਰਨ ਹੀ ਇਨਸਾਨ ਦੇ ਲਈ ਨਵੇਂ ਖਤਰੇ ਪੈਦਾ ਹੋ ਰਹੇ ਨੇ। ਕੁਦਰਤ ਨਾਲ ਨਜ਼ਦੀਕੀਆਂ ਵਧਾਉਣਾ ਜ਼ਰੂਰੀ ਹੈ। ਅਸੀਂ ਨੇਚਰ ਦੇ ਨਾਲ ਪੰਗਾ ਲੈ ਰਹੇ ਹਾਂ, ਅਸੀਂ ਨੇਚਰ ਨਾਲ ਜਿੰਨਾ ਜਿੰਨਾ ਪੰਗਾ ਲਵਾਂਗੇ ਨੇਚਰ ਸਾਨੂੰ ਉਛਾਲੇ ਮਾਰ ਮਾਰ ਕੇ ਵਾਪਸ ਇੰਨੇ ਗੁਣਾ ਜ਼ਿਆਦਾ ਦੇਗੀ ਕਿ ਅਸੀਂ ਰਹਿਣ ਜੋਗੇ ਨਹੀਂ ਰਵਾਂਗੇ। ਅੱਜ ਤੁਸੀਂ ਡੇਟਸ ਦੇਖੋ ਕਿ ਸਾਡੇ ਮੂੰਹ ਤੇ ਮਾਸਕ ਲੱਗ ਰਹੇ, ਅਸੀਂ ਆਪਣੇ ਘਰ ਦੇ ਵਿੱਚ ਸਿਕੁੱਟ ਕੇ ਰਹਿ ਗਏ ਹੈਗੇ ਆ। ਕੰਟਰੀਜ਼, ਕਈ ਐਸੀਆਂ ਕੰਟਰੀਜ਼ ਹੈਗੀਆਂ ਜਿਨ੍ਹਾਂ ਨੂੰ ਘਰੋਂ ਨਿਕਲਣਾ ਬਾਹਰ ਅਲਾਊਡ ਹੀ ਨਹੀਂ ਹੈ। ਰੀਜ਼ਨ ਇਹੀ ਹੈ ਕਿ ਅਸੀਂ ਇੰਨੀ ਆਪਣੇ ਆਸ ਪਾਸ ਗੰਦਗੀ ਫੈਲਾਈ ਸੀ, ਉਹ ਹਰ ਪਾਸੇ ਵਿਸ਼ਵ ਦੇ ਵਿੱਚ ਫੈਲ ਚੁੱਕੀ ਹੈ। ਪੁਰਾਣੇ ਸਮੇਂ ਤੋਂ ਹੀ ਕੁੱਲੜ ਅਤੇ ਪੱਤਲ ਭਾਰਤੀ ਪਰੰਪਰਾ ਦਾ ਹਿੱਸਾ ਰਿਹਾ ਹੈ, ਜੋ ਅੱਜ ਦੇ ਆਧੁਨਿਕ ਦੌਰ 'ਚ ਵੀ ਵਾਤਾਵਰਣ ਅਤੇ ਇਨਸਾਨਾਂ ਦੇ ਲਈ ਮਹੱਤਵ ਰੱਖਦਾ ਹੈ, ਜਿਸ ਕਾਰਨ ਲੋਕ ਇਹਨਾਂ ਨੂੰ ਇਸਤੇਮਾਲ 'ਚ ਲਿਆਉਣ। ਜਲੰਧਰ ਤੋਂ ਰਾਜੀਵ ਵਧਵਾ, ਜ਼ੀ ਮੀਡੀਆ।